ਔਰ ਆਪਾਂ ਐਵੇਂ ਝੂਠ ਮਾਰੀਏ ਇਸ ਚੀਜ਼ ਨੂੰ, ਅੱਜ ਪੰਜਾਬੀ ਕਮਿਊਨਿਟੀ ਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਵਾ ਉਹਨੇ ਬਹੁਤ ਵੱਡੇ ਲੈਵਲ ਦੇ ਉੱਤੇ ਪੱਗ ਨੂੰ ਰੀਪ੍ਰਜੈਂਟ ਕੀਤਾ ਵਾ ਔਰ ਬਹੁਤ ਮਾਣ ਸਤਿਕਾਰ ਵਧਾਇਆ ਵਾ। ਹਾਂ, ਤੁਹਾਨੂੰ ਕੋਈ ਚੀਜ਼ ਪਰਸਨਲ ਉਹਦੀ ਨਹੀਂ ਕਿਸੇ ਨੂੰ ਕੋਈ ਚੰਗੀ ਲੱਗਦੀ ਹੈਗੀ, ਤਾਂ ਮੈਨੂੰ ਐਂ ਲੱਗਦਾ ਕਿ ਇੰਨਾ ਜ਼ਿਆਦਾ ਉਸ ਚੀਜ਼ ਨੂੰ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਹੈਗਾ। ਅਤੇ ਉਹ ਵੀ ਭਰਾ ਮੁੰਡਾ ਦੂਜਾ ਵੀ ਆਪਣਾ, ਅਤੇ ਮੇਰੀ ਉਹਨੂੰ ਵੀ ਰਿਕੁਐਸਟ ਆ ਕਿ ਯਾਰ ਇੱਦਾਂ ਨਹੀਂ, ਬਹੁਤ ਸੀਨੀਅਰ ਆਰਟਿਸਟ ਆ ਦਲਜੀਤ ਔਰ ਅੱਜ ਪੰਜਾਬੀਅਤ ਲਈ ਬੜਾ ਕੁਛ ਕੀਤਾ, ਔਰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ, ਇੰਡਸਟਰੀ ਲਈ ਵੀ ਨਹੀਂ ਚੰਗੀ ਲੱਗਦੀ ਹੈਗੀ, ਹੈ ਨਾ। ਸੋ ਮੈਂ ਤਾਂ ਸਾਰਿਆਂ ਨੂੰ ਹਮੇਸ਼ਾ ਕਹਿਣਾ, ਉਹਨਾਂ ਪਹਿਲਾਂ ਵੀ ਮੈਂ ਕਹਿਣਾ ਕਿ ਯਾਰ ਇੱਦਾਂ ਨਾ ਰਿਹਾ ਕਰੋ। ਔਰ ਬਈ ਉਹੀ ਮੈਂ ਹੁਣੇ ਤੁਹਾਨੂੰ ਨਾ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਨਾ ਦਿਲ ਤੁਸੀਂ ਦਿਲ ਰੱਖ ਦਿੰਦੇ ਹੋ, ਮੈਨੂੰ ਲੱਗਦਾ ਕਿ ਤੁਸੀਂ ਨਾ ਬੜਾ ਦਿਲ ਤੋਂ ਬੋਲਦੇ ਹੋ। ਜੀ ਜੀ। ਤਾਂ ਕੋਈ ਵੀ ਸਿਨੇਮਾ ਦੇ ਅਗੇਂਸਟ, ਕੋਈ ਵੀ ਕਿਸੇ ਇਨਸਾਨ ਦੇ ਅਗੇਂਸਟ, ਸਪੈਸ਼ਲੀ ਕੋਈ ਆਰਟਿਸਟ ਹੋਵੇ, ਜੀ ਜੀ ਜੀ, ਜਦੋਂ ਤੱਕ ਕਿਸੇ ਇਨਸਾਨ ਨੂੰ ਉਹਦੀ ਜਰਨੀ ਨਹੀਂ ਪਤਾ ਹੁੰਦਾ ਤਾਂ ਲੋਕ ਕਈ ਆ ਕੇ ਮੂਹਰੇ ਬੋਲ ਦਿੰਦੇ ਨੇ ਕਿ ਸਹੀ ਗਲਤ ਦੇ ਬਾਰੇ, ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਨਸਾਨ ਦੇ ਪਿੱਛੇ ਜਿਹੜੀ ਜਰਨੀ, ਜਿਹੜੀ ਜ਼ਿੰਦਗੀ ਆ ਜੋ ਜੀ ਰਿਹਾ, ਉਹਦੇ ਪਿੱਛੇ ਕਿੱਡਾ ਵੱਡਾ ਸਟਰਗਲ ਹੈ ਉਹਦਾ। ਨਹੀਂ, ਨਾਲੇ ਕਹਿੰਦੇ, ਮੈਂ ਹੁਣ ਸੁਣਿਆ ਕਹਿੰਦੇ ਵੀ ਉਹ ਕਹਿੰਦੇ ਜੀ ਹੁਣ ਇੱਕਦਮ ਦਲਜੀਤ ਇੰਨਾ ਹਿੱਟ ਹੋ ਗਿਆ, ਇੱਕਦਮ ਥੋੜ੍ਹੀ ਹੋਇਆ, ਉਹ 25 ਸਾਲ ਹੋ ਗਏ ਉਹਨੂੰ, ਮੈਂ 2 ਸਾਲ ਛੋਟਾ ਮੇਰੇ ਤੋਂ ਦਲਜੀਤ, ਅਤੇ ਉਹ ਜਦੋਂ ਮੇਰਾ ਕਰੀਅਰ ਸ਼ੁਰੂ ਹੋਇਆ ਉਦੋਂ ਹੀ ਉਹਦਾ ਕਰੀਅਰ ਸ਼ੁਰੂ ਹੋਇਆ, ਅਸੀਂ ਇਕੱਠੇ ਆਂਜਿਆਂ ਨੇ ਸ਼ੁਰੂ ਕੀਤਾ। ਔਰ ਆਹ ਹੁਣ ਜਿਹੜੇ ਕਨੇਡਾ ਉਹਦੇ ਸ਼ੋਅ ਨੇ, ਇਸ ਤੋਂ ਪਹਿਲਾਂ ਵੀ ਜਿਹੜੇ ਹਾਲਾਂ ਦੇ ਵਿੱਚ ਉਹ ਸ਼ੋਅ ਸੋਲਡ ਕਰਕੇ ਆਇਆ ਵਾ, ਉਸ ਤੋਂ ਪਹਿਲਾਂ ਵੀ ਜਿਹੜੇ ਸੋਲਡ ਕਰਕੇ ਆਇਆ ਉਹ ਵੀ ਆਮ ਪੰਜਾਬੀ ਸਿੰਗਰਾਂ ਨੇ ਨਹੀਂ ਕੀਤੇ ਹੈਗੇ, ਬਹੁਤ ਲਿਮਿਟਡਾਂ ਨੇ ਕਿਤੇ ਕਿਸੇ ਨੇ ਕੀਤੇ ਸੀਗੇ, ਉਹ ਵੀ ਬਹੁਤ ਵੱਡੇ ਸ਼ੋਅ ਸੀਗੇ, ਅਤੇ ਉਹ ਉਸ ਗ੍ਰਾਫ ਦੇ ਉੱਤੇ ਚੱਲ ਰਿਹਾ ਸੀ, ਅਤੇ ਐਤਕੀ ਉਹਨੇ ਉਸ ਤੋਂ ਵੀ ਵੱਡੇ ਕੀਤੇ ਨੇ। ਸੋ ਮੈਨੂੰ ਐਂ ਲੱਗਦਾ ਕਿ ਔਰ ਆਪਾਂ ਐਵੇਂ ਝੂਠ ਮਾਰੀਏ ਇਸ ਚੀਜ਼ ਨੂੰ, ਅੱਜ ਪੰਜਾਬੀ ਕਮਿਊਨਿਟੀ ਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਵਾ ਉਹਨੇ ਬਹੁਤ ਵੱਡੇ ਲੈਵਲ ਦੇ ਉੱਤੇ ਪੱਗ ਨੂੰ ਰੀਪ੍ਰਜੈਂਟ ਕੀਤਾ ਵਾ ਔਰ ਬਹੁਤ ਮਾਣ ਸਤਿਕਾਰ ਵਧਾਇਆ ਵਾ। ਹਾਂ, ਤੁਹਾਨੂੰ ਕੋਈ ਚੀਜ਼ ਪਰਸਨਲ ਉਹਦੀ ਨਹੀਂ ਕਿਸੇ ਨੂੰ ਕੋਈ ਚੰਗੀ ਲੱਗਦੀ ਹੈਗੀ, ਤਾਂ ਮੈਨੂੰ ਐਂ ਲੱਗਦਾ ਕਿ ਇੰਨਾ ਜ਼ਿਆਦਾ ਉਸ ਚੀਜ਼ ਨੂੰ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਹੈਗਾ। ਅਤੇ ਉਹ ਵੀ ਭਰਾ ਮੁੰਡਾ ਦੂਜਾ ਵੀ ਆਪਣਾ, ਅਤੇ ਮੇਰੀ ਉਹਨੂੰ ਵੀ ਰਿਕੁਐਸਟ ਆ ਕਿ ਯਾਰ ਇੱਦਾਂ ਨਹੀਂ, ਬਹੁਤ ਸੀਨੀਅਰ ਆਰਟਿਸਟ ਆ ਦਲਜੀਤ ਔਰ ਅੱਜ ਪੰਜਾਬੀਅਤ ਲਈ ਬੜਾ ਕੁਛ ਕੀਤਾ, ਔਰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ, ਇੰਡਸਟਰੀ ਲਈ ਵੀ ਨਹੀਂ ਚੰਗੀ ਲੱਗਦੀ ਹੈਗੀ, ਹੈ ਨਾ। ਸੋ ਮੈਂ ਤਾਂ ਸਾਰਿਆਂ ਨੂੰ ਹਮੇਸ਼ਾ ਕਹਿਣਾ, ਉਹਨਾਂ ਪਹਿਲਾਂ ਵੀ ਮੈਂ ਕਹਿਣਾ ਕਿ ਯਾਰ ਇੱਦਾਂ ਨਾ ਰਿਹਾ ਕਰੋ। ਔਰ ਆਪਾਂ ਐਵੇਂ ਝੂਠ ਮਾਰੀਏ ਇਸ ਚੀਜ਼ ਨੂੰ, ਅੱਜ ਪੰਜਾਬੀ ਕਮਿਊਨਿਟੀ ਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਵਾ ਉਹਨੇ ਬਹੁਤ ਵੱਡੇ ਲੈਵਲ ਦੇ ਉੱਤੇ ਪੱਗ ਨੂੰ ਰੀਪ੍ਰਜੈਂਟ ਕੀਤਾ ਵਾ ਔਰ ਬਹੁਤ ਮਾਣ ਸਤਿਕਾਰ ਵਧਾਇਆ ਵਾ। ਹਾਂ, ਤੁਹਾਨੂੰ ਕੋਈ ਚੀਜ਼ ਪਰਸਨਲ ਉਹਦੀ ਨਹੀਂ ਕਿਸੇ ਨੂੰ ਕੋਈ ਚੰਗੀ ਲੱਗਦੀ ਹੈਗੀ, ਤਾਂ ਮੈਨੂੰ ਐਂ ਲੱਗਦਾ ਕਿ ਇੰਨਾ ਜ਼ਿਆਦਾ ਉਸ ਚੀਜ਼ ਨੂੰ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਹੈਗਾ। ਅਤੇ ਉਹ ਵੀ ਭਰਾ ਮੁੰਡਾ ਦੂਜਾ ਵੀ ਆਪਣਾ, ਅਤੇ ਮੇਰੀ ਉਹਨੂੰ ਵੀ ਰਿਕੁਐਸਟ ਆ ਕਿ ਯਾਰ ਇੱਦਾਂ ਨਹੀਂ, ਬਹੁਤ ਸੀਨੀਅਰ ਆਰਟਿਸਟ ਆ ਦਲਜੀਤ ਔਰ ਅੱਜ ਪੰਜਾਬੀਅਤ ਲਈ ਬੜਾ ਕੁਛ ਕੀਤਾ, ਔਰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ, ਇੰਡਸਟਰੀ ਲਈ ਵੀ ਨਹੀਂ ਚੰਗੀ ਲੱਗਦੀ ਹੈਗੀ, ਹੈ ਨਾ। ਸੋ ਮੈਂ ਤਾਂ ਸਾਰਿਆਂ ਨੂੰ ਹਮੇਸ਼ਾ ਕਹਿਣਾ, ਉਹਨਾਂ ਪਹਿਲਾਂ ਵੀ ਮੈਂ ਕਹਿਣਾ ਕਿ ਯਾਰ ਇੱਦਾਂ ਨਾ ਰਿਹਾ ਕਰੋ। ਔਰ ਬਈ ਉਹੀ ਮੈਂ ਹੁਣੇ ਤੁਹਾਨੂੰ ਨਾ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਨਾ ਦਿਲ ਤੁਸੀਂ ਦਿਲ ਰੱਖ ਦਿੰਦੇ ਹੋ, ਮੈਨੂੰ ਲੱਗਦਾ ਕਿ ਤੁਸੀਂ ਨਾ ਬੜਾ ਦਿਲ ਤੋਂ ਬੋਲਦੇ ਹੋ। ਜੀ ਜੀ। ਤਾਂ ਕੋਈ ਵੀ ਸਿਨੇਮਾ ਦੇ ਅਗੇਂਸਟ, ਕੋਈ ਵੀ ਕਿਸੇ ਇਨਸਾਨ ਦੇ ਅਗੇਂਸਟ, ਸਪੈਸ਼ਲੀ ਕੋਈ ਆਰਟਿਸਟ ਹੋਵੇ, ਜੀ ਜੀ, ਜਦੋਂ ਤੱਕ ਕਿਸੇ ਇਨਸਾਨ ਨੂੰ ਉਹਦੀ ਜਰਨੀ ਨਹੀਂ ਪਤਾ ਹੁੰਦਾ ਤਾਂ ਲੋਕ ਕਈ ਆ ਕੇ ਮੂਹਰੇ ਬੋਲ ਦਿੰਦੇ ਨੇ ਕਿ ਸਹੀ ਗਲਤ ਦੇ ਬਾਰੇ, ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਨਸਾਨ ਦੇ ਪਿੱਛੇ ਜਿਹੜੀ ਜਰਨੀ, ਜਿਹੜੀ ਜ਼ਿੰਦਗੀ ਆ ਜੋ ਜੀ ਰਿਹਾ, ਉਹਦੇ ਪਿੱਛੇ ਕਿੱਡਾ ਵੱਡਾ ਸਟਰਗਲ ਹੈ ਉਹਦਾ। ਨਹੀਂ, ਨਾਲੇ ਕਹਿੰਦੇ, ਮੈਂ ਹੁਣ ਸੁਣਿਆ ਕਹਿੰਦੇ ਵੀ ਉਹ ਕਹਿੰਦੇ ਜੀ ਹੁਣ ਇੱਕਦਮ ਦਲਜੀਤ ਇੰਨਾ ਹਿੱਟ ਹੋ ਗਿਆ, ਇੱਕਦਮ ਥੋੜ੍ਹੀ ਹੋਇਆ, ਉਹ 25 ਸਾਲ ਹੋ ਗਏ ਉਹਨੂੰ, ਮੈਂ 2 ਸਾਲ ਛੋਟਾ ਮੇਰੇ ਤੋਂ ਦਲਜੀਤ, ਅਤੇ ਉਹ ਜਦੋਂ ਮੇਰਾ ਕਰੀਅਰ ਸ਼ੁਰੂ ਹੋਇਆ ਉਦੋਂ ਹੀ ਉਹਦਾ ਕਰੀਅਰ ਸ਼ੁਰੂ ਹੋਇਆ, ਅਸੀਂ ਇਕੱਠੇ ਆਂਜਿਆਂ ਨੇ ਸ਼ੁਰੂ ਕੀਤਾ। ਔਰ ਆਹ ਹੁਣ ਜਿਹੜੇ ਕਨੇਡਾ ਉਹਦੇ ਸ਼ੋਅ ਨੇ, ਇਸ ਤੋਂ ਪਹਿਲਾਂ ਵੀ ਜਿਹੜੇ ਹਾਲਾਂ ਦੇ ਵਿੱਚ ਉਹ ਸ਼ੋਅ ਸੋਲਡ ਕਰਕੇ ਆਇਆ ਵਾ,
ਉਸ ਤੋਂ ਪਹਿਲਾਂ ਵੀ ਜਿਹੜੇ ਸੋਲਡ ਕਰਕੇ ਆ ਉਹ ਵੀ ਆਮ ਪੰਜਾਬੀ ਸਿੰਗਰਾਂ ਨੇ ਨਹੀਂ ਕੀਤੇ ਹੈਗੇ, ਬਹੁਤ ਲਿਮਿਟਡਾਂ ਨੇ ਕਿਤੇ ਕਿਸੇ ਨੇ ਕੀਤੇ ਸੀਗੇ, ਉਹ ਵੀ ਬਹੁਤ ਵੱਡੇ ਸ਼ੋਅ ਸੀਗੇ ਅਤੇ ਉਹ ਉਸ ਗ੍ਰਾਫ ਦੇ ਉੱਤੇ ਚੱਲ ਰਿਹਾ ਸੀ ਅਤੇ ਐਤਕੀ ਉਹਨੇ ਉਸ ਤੋਂ ਵੀ ਵੱਡੇ ਕੀਤੇ ਨੇ। ਸੋ ਮੈਨੂੰ ਐਂ ਲੱਗਦਾ ਕਿ ਔਰ ਆਪਾਂ ਐਵੇਂ ਝੂਠ ਮਾਰੀਏ ਇਸ ਚੀਜ਼ ਨੂੰ, ਅੱਜ ਪੰਜਾਬੀ ਕਮਿਊਨਿਟੀ ਨੂੰ ਵੀ ਪਤਾ, ਸਾਰੀ ਦੁਨੀਆਂ ਨੂੰ ਪਤਾ ਵਾ ਉਹਨੇ ਬਹੁਤ ਵੱਡੇ ਲੈਵਲ ਦੇ ਉੱਤੇ ਪੱਗ ਨੂੰ ਰੀਪ੍ਰਜੈਂਟ ਕੀਤਾ ਵਾ ਔਰ ਬਹੁਤ ਮਾਣ ਸਤਿਕਾਰ ਵਧਾਇਆ ਵਾ। ਹਾਂ, ਤੁਹਾਨੂੰ ਕੋਈ ਚੀਜ਼ ਪਰਸਨਲ ਉਹਦੀ ਨਹੀਂ ਕਿਸੇ ਨੂੰ ਕੋਈ ਚੰਗੀ ਲੱਗਦੀ ਹੈਗੀ ਤਾਂ ਮੈਨੂੰ ਐਂ ਲੱਗਦਾ ਕਿ ਇੰਨਾ ਜ਼ਿਆਦਾ ਉਸ ਚੀਜ਼ ਨੂੰ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਹੈਗਾ। ਅਤੇ ਉਹ ਵੀ ਭਰਾ ਮੁੰਡਾ ਦੂਜਾ ਵੀ ਆਪਣਾ, ਅਤੇ ਮੇਰੀ ਉਹਨੂੰ ਵੀ ਰਿਕੁਐਸਟ ਆ ਕਿ ਯਾਰ ਇੱਦਾਂ ਨਹੀਂ, ਬਹੁਤ ਸੀਨੀਅਰ ਆਰਟਿਸਟ ਆ ਦਲਜੀਤ ਔਰ ਅੱਜ ਪੰਜਾਬੀਅਤ ਲਈ ਬੜਾ ਕੁਛ ਕੀਤਾ ਔਰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ, ਇੰਡਸਟਰੀ ਲਈ ਵੀ ਨਹੀਂ ਚੰਗੀ ਲੱਗਦੀ ਹੈਗੀ, ਹੈ ਨਾ। ਸੋ ਮੈਂ ਤਾਂ ਸਾਰਿਆਂ ਨੂੰ ਹਮੇਸ਼ਾ ਕਹਿਣਾ, ਉਹਨਾਂ ਪਹਿਲਾਂ ਵੀ ਮੈਂ ਕਹਿਣਾ ਕਿ ਯਾਰ ਇੱਦਾਂ ਨਾ ਰਿਹਾ ਕਰੋ ਔਰ